ਦੋਸਤੋ ਸਵਾਗਤ ਹੈ ਤੁਹਾਡਾ ਸਭ ਦਾ ਮੇਰੇ ਅਫੀਸ਼ੀਅਲ YouTube ਚੈਨਲ ਪੰਜਾਬ ਜੋਬ ਅਪਡੇਟ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬੀ ਯੂਨੀਵਰਸਿਟੀ ਦੁਆਰਾ ਜੋ 1 ਜੁਲਾਈ ਤੋਂ ਐਗਜ਼ਾਮ ਲਏ ਜਾਣੇ ਹਨ ਉਹਨਾਂ ਸਬੰਧੀ ਪਾਏ ਗਏ ਨਵੇਂ ਦਿਸ਼ਾ ਨਿਰਦੇਸ਼ਾਂ ਸਬੰਧੀ ਤੁਸੀਂ ਇਨ੍ਹਾਂ ਐਗਜ਼ਾਮ ਨੂੰ ਕਿਵੇਂ ਕਰਨਾ ਹੈ ਤੁਸੀਂ ਕੁਐਸਚਨ ਪੇਪਰ ਕਿਵੇਂ ਡਾਊਨਲੋਡ ਕਰਨਾ ਹੈ ਅਤੇ ਐਗਜ਼ਾਮ ਕਰਨ ਤੋਂ ਬਾਅਦ ਤੁਸੀਂ ਉਹ ਐਗਜ਼ਾਮ ਆਪਣਾ ਅਨਸਰ ਸ਼ੀਟਾਂ ਜੁਨੇ ਉਹ ਕਿਵੇਂ ਸੈਂਡ ਕਰਨੀਆਂ ਹਨ ਇਸ ਦੇ ਬਾਰੇ ਜੋ ਹੈ ਆਪਾਂ ਕੰਪਲੀਟ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਦਵਾਂਗੇ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਪੰਜਾਬ ਵਿੱਚ ਨਿਕਲਵਾਲੀਆਂ ਨਵੇਂ-ਨਵੇਂ ਪੋਸਟਾਂ ਅਤੇ ਉਹਨਾਂ ਰਿਗਾਰਡਿੰਗ ਅਪਡੇਟ ਜਾਂ ਫਿਰ ਕਿਸੇ ਵੀ ਤਰ੍ਹਾਂ ਦੇ ਨਵੇਂ ਦਾਖਲੇ ਸੰਬੰਧੀ ਜਾਂ ਫਿਰ ਕੋਈ ਵੀ ਸੂਚਨਾ ਸੰਬੰਧੀ ਤੁਹਾਨੂੰ ਜੋ ਹੈ ਉਹ ਪਤਾ ਲੱਗਦਾ ਰਹੇ ਦੋਸਤੋ ਪੰਜਾਬੀ ਯੂਨੀਵਰਸਿਟੀ ਦੁਆਰਾ ਜੋ ਨਵੀਆਂ ਗਾਈਡਲਾਈਨਸ ਪਾਈਆਂ ਗਈਆਂ ਹਨ ਉਹ ਤੁਹਾਡੇ ਸਾਹਮਣੇ ਹਨ ਇਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਵਿੱਚ ਲਿਖਿਆ ਹੈ ਸੈਸ਼ਨ ਮਈ 2021 ਲਈ ਅੰਡਰਗ੍ਰੈਜੂਏਟ ਕੋਰਸਾਂ ਦੇ ਦੂਜੇ ਸੈਮੈਸਟਰ ਦੇ ਰੈਗੂਲਰ ਡਿਸਟੈਂਸ ਐਜੂਕੇਸ਼ਨ ਪ੍ਰਾਈਵੇਟ ਅਤੇ ਰੀਪੇਅਰ ਦੇ ਵਿਦਿਆਰਥੀਆਂ ਲਈ 1 ਜੁਲਾਈ 2021 ਤੋਂ ਸ਼ੁਰੂ ਹੋਣ ਵਾਲੀਆਂ ਪ੍ਰੀਖਿਆਵਾਂ ਲਈ ਹਦਾਇਤਾਂ ਇਹਨਾਂ ਨੇ ਲਿਖਿਆ ਹੈ ਕਿ ਕੋਵਿਡ ਮਹਾਮਾਰੀ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਅਕਾਦਮਿਕ ਸੈਸ਼ਨ ਦੇ ਉਕਤ ਪ੍ਰੀਖਿਆਵਾਂ ਲਈ ਹਦਾਇਤਾਂ ਹੇਠ ਲਿਖੇ ਅਨੁਸਾਰ ਹਨ ਇਹ ਪ੍ਰੀਖਿਆਵਾਂ ਯੂਨੀਵਰਸਿਟੀ ਵੱਲੋਂ ਪਹਿਲਾਂ ਕਰਵਾਈਆਂ ਗਈਆਂ ਆਨਲਾਈਨ ਪ੍ਰੀਖਿਆਵਾਂ ਵਾਂਗ ਹੀ ਬਲੈਂਡਡ ਮੋਡ ਰਾਹੀਂ ਹੀ ਕਰਵਾਈਆਂ ਜਾ ਰਹੀਆਂ ਹਨ ਦੋਸਤੋ ਬਲੈਂਡਡ ਮੋਡ ਰਾਹੀਂ ਦਾ ਮਤਲਬ ਹੈ ਕਿ ਪਹਿਲਾਂ ਮੰਗੂ ਆਨਲਾਈਨ ਹੀ ਕਰਵਾਈਆਂ ਜਾਣੀਆਂ ਹਨ ਇਹਨਾਂ ਲਈ ਜੋ ਦਿਸ਼ਾ ਨਿਰਦੇਸ਼ ਦਿੱਤੇ ਹਨ ਉਹ ਹੇਠ ਲਿਖ ਇੱਕ ਇੱਕ ਕਰਕੇ ਪੜ੍ਹ ਕੇ ਸੁਣਾਵਾਂਗੇ। ਦੋਸਤੋ ਨੰਬਰ 1 ਦੇ ਵਿੱਚ ਹਦਾਇਤਾਂ ਲਿਖੀਆਂ ਹਨ ਪ੍ਰੀਖਿਆਵਾਂ ਲਈ ਡੇਟ ਸ਼ੀਟਾਂ ਯੂਨੀਵਰਸਿਟੀ ਦੀ ਵੈੱਬਸਾਈਟ ਤੇ ਅਪਲੋਡ ਕੀਤੀਆਂ ਜਾ ਰਹੀਆਂ ਹਨ। ਕੁਝ ਤਕਨੀਕੀ ਕਾਰਨਾਂ ਕਰਕੇ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਚੱਲ ਰਹੀਆਂ ਪ੍ਰੀਖਿਆਵਾਂ ਦੌਰਾਨ ਡੇਟ ਸ਼ੀਟਾਂ ਰਿਵਾਈਜ਼ ਵੀ ਕੀਤੀਆਂ ਜਾ ਸਕਦੀਆਂ ਹਨ। ਇਸ ਲਈ ਵਿਦਿਆਰਥੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਜਦ ਤੱਕ ਉਹਨਾਂ ਦੀਆਂ ਪ੍ਰੀਖਿਆਵਾਂ ਖਤਮ ਨਹੀਂ ਹੋ ਜਾਂਦੀਆਂ ਤਦ ਤੱਕ ਡੇਟ ਸ਼ੀਟ ਯੂਨੀਵਰਸਿਟੀ ਦੀ ਵੈੱਬਸਾਈਟ ਤੇ ਜੋ ਹੈ ਉਹ ਚੈੱਕ ਕਰਦੇ ਰਹਿਣ। ਨੰਬਰ 2 ਦੇ ਵਿੱਚ ਇਹਨਾਂ ਨੇ ਲਿਖਿਆ ਹੈ ਕਿ ਇਹ ਪ੍ਰੀਖਿਆਵਾਂ ਦੋ ਸੈਸ਼ਨਾਂ ਦੇ ਜਿਸ ਦੇ ਵਿੱਚ ਪਹਿਲਾ ਸੈਸ਼ਨ ਜੋ ਹੈ ਉਹ 9:30 ਤੋਂ 1:30 ਵਜੇ ਤੱਕ ਦਾ ਹੋਵੇਗਾ ਅਤੇ ਦੂਜਾ ਸੈਸ਼ਨ ਜੋ ਹੈ ਉਹ ਸ਼ਾਮੀ 2 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਹੋਵੇਗਾ ਇਸ ਬਾਰੇ ਜਾਣਕਾਰੀ ਜੋ ਹੈ ਉਹ ਡੈਸ਼ੇਟ ਤੇ ਉਪਲਬਧ ਹੋਵੇਗੀ ਜਿਨ੍ਹਾਂ ਵਿਦਿਆਰਥੀਆਂ ਨੇ ਇਹਨਾਂ ਪ੍ਰੀਖਿਆਵਾਂ ਲਈ ਆਪਣੇ ਪ੍ਰੀਖਿਆ ਫਾਰਮ 'ਤੇ ਪ੍ਰੀਖਿਆ ਫੀਸ ਭਰੀ ਹੈ ਆਪਣੇ ਰੋਲ ਨੰਬਰ ਐਡਮਿਟ ਕਾਰਡ ਮਿਤੀ 25/6/2021 ਬਾਅਦ ਉਹ ਪਾ 下载 ਕਰ ਸਕਦੇ ਹੋ ਦੋਸਤੋ ਅਸੀਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਇਹਨਾਂ ਤੁਸੀਂ ਰੋਲ ਨੰਬਰ ਇਸ ਕਿਵੇਂ ਡਾਊਨਲੋਡ ਕਰ ਸਕਦੇ ਹੋ ਉਸ ਦਾ ਲਿੰਕ ਜੋ ਹੈ ਅਸੀਂ ਇਸ ਦੇ ਵਿੱਚ ਦੇ ਦੇਵਾਂਗੇ ਅੱਗੇ ਆਪਾਂ ਗੱਲ ਕਰਦੇ ਹਾਂ ਚੌਥੇ ਇਨਸਟਰਕਸ਼ਨ ਬਾਰੇ ਇਹਨਾਂ ਨੇ ਲਿਖਿਆ ਹੈ ਕਿ ਪ੍ਰੀਖਿਆਵਾਂ ਵਾਲੇ ਦਿਨ ਡੇਰ ਸ਼ੀਟ ਅਨੁਸਾਰ ਯੂਨੀਵਰਸਿਟੀ ਵਿਭਾਗ ਕਾਲਜ ਆ ਡਿਸਟੈਂਸ ਐਜੂਕੇਸ਼ਨ ਰੈਗੂਲਰ ਰੀਪੇਅਰ ਵਿਦਿਆਰਥੀਆਂ ਨੂੰ ਉਹਨਾਂ ਦੇ ਵਿਭਾਗਾਂ ਜਾਂ ਕਾਲਜਾਂ ਦੁਆਰਾ ਪ੍ਰਸ਼ਨ ਪੱਤਰ ਈਮੇਲ ਰਾਹੀਂ ਜਾਂ ਹੋਰ ਸਾਧਨਾ ਜਿਵੇਂ ਕਿ ਵਟਸਐਪ ਜਾਂ ਵਿਭਾਗੀ ਕਾਲਜਾਂ ਦੀ ਵੈੱਬਸਾਈਟ ਤੇ ਉਪਲਬਧ ਜੁਣੇ ਉਹ ਭੇਜੇ ਜਾਣਗੇ ਇਸ ਲਈ ਵਿਭਾਗ ਕਾਲਜਾਂ ਦੇ ਰੈਗੂਲਰ ਡਿਸਟੈਂਸ ਐਜੂਕੇਸ਼ਨ ਵਿਦਿਆਰਥੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਆਪਣੇ ਵਿਭਾਗ ਜਾਂ ਕਾਲਜ ਨਾਲ ਨਿਰੰਤਰ ਸੰਪਰਕ ਵਿੱਚ ਰਹਿਣ ਅਤੇ ਉਹਨਾਂ ਵੱਲੋਂ ਦਿੱਤੀਆਂ ਗਈ ਦੋਸਤੋ 5 ਨੰਬਰ ਦੇ ਵਿੱਚ ਇਹਨਾਂ ਨੇ ਲਿਖਿਆ ਹੈ ਕਿ ਪ੍ਰਾਈਵੇਟ ਵਿਦਿਆਰਥੀ ਆਪਣੇ ਪ੍ਰਸ਼ਨ ਪੱਤਰ ਡੇਟਸ਼ੀਟ ਅਨੁਸਾਰ ਇਸ ਲਿੰਕ ਨੂੰ ਕਲਿੱਕ ਕਰਕੇ ਪ੍ਰਸ਼ਨ ਪੱਤਰ ਡਾਊਨਲੋਡ ਕਰਨਗੇ ਜਾਂ ਫਿਰ ਇਸ ਤੋਂ ਇਲਾਵਾ ਵਿਦਿਆਰਥੀ ਇਸ ਲਿੰਕ ਨੂੰ ਕਲਿੱਕ ਕਰਨ ਤੋਂ ਬਾਅਦ ਅਦਰਸ ਨੂੰ ਕਲਿੱਕ ਕਰਕੇ ਆਪਣਾ ਪ੍ਰਸ਼ਨ ਪੱਤਰ ਜੁਨੇ ਉਹ ਡਾਊਨਲੋਡ ਕਰਨਗੇ ਡਿਸਟੈਂਸ ਐਜੂਕੇਸ਼ਨ ਵਿਭਾਗ ਦੇ ਰੈਗੂਲਰ ਰੀਪੇਅਰ ਵਿਦਿਆਰਥੀ ਆਪਣਾ ਪ੍ਰਸ਼ਨ ਪੱਤਰ ਜੋ ਹੈ ਉਹ ਡਿਸਟੈਂਸ ਐਜੂਕੇਸ਼ਨ ਦੀ ਵੈਬਸਾਈਟ ਯਾਨੀ ਕਿ dccpvi.com ਲਿੰਕ ਤੇ ਜਾ ਕੇ ਜੋ ਹੈ ਕਲਿੱਕ ਕਰਕੇ ਡਾਊਨਲੋਡ ਕਰ ਲੈਣਗੇ ਵਿਦਿਆਰਥੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਪੇਪਰ ਡਾਊਨਲੋਡ ਕਰਨ ਸਮੇਂ ਪੇਪਰ ਕੋਡ ਜੋ ਕਿ ਡੇਟਸ਼ੀਟ ਉੱਪਰ ਦਰਸਾਇਆ ਗਿਆ ਹੈ ਅਨੁਸਾਰ ਪੇਪਰ ਡਾਊਨਲੋਡ ਕਰਨਾ ਡੇਟਸ਼ੀਟਾਂ ਵਿੱਚ ਇੱਕੋ ਨਾਮ ਵਾਲੇ ਪੇਪਰ ਹੋ ਸਕਦੇ ਹਨ ਪਰ ਉਹਨਾਂ ਦਾ ਕੋਡ ਜੋ ਹੈ ਉਹ ਵੱਖ ਹੋਵੇਗਾ ਇਸ ਲਈ ਵਿਦਿਆਰਥੀ ਨੂੰ ਆਪਣੀ ਡੇਟਸ਼ੀਟ ਅਨੁਸਾਰ ਪੇਪਰ ਦੇ ਕੋਡ ਅਨੁਸਾਰ ਹੀ ਪੇਪਰ ਡਾਊਨਲੋਡ ਕਰਕੇ ਹੱਲ ਕਰਨਾ ਹੈ ਦੋਸਤੋ ਅੱਗੇ 6.0 ਪੁਆਇੰਟ ਦੇ ਵਿੱਚ ਇਹਨਾਂ ਨੇ ਲਿਖਿਆ ਹੈ ਕਿ ਪੇਪਰ ਹੱਲ ਕਰਨ ਲਈ ਦੋਸਤੋ ਇਹਨਾਂ ਨੇ ਚੇਮੇ ਪੁਆਇੰਟ ਦੇ ਵਿੱਚ ਲਿਖਿਆ ਹੈ ਕਿ ਪੇਪਰ ਹੱਲ ਕਰਨ ਦੇ ਲਈ 2.5 ਘੰਟੇ ਦਾ ਸਮਾਂ ਜੋ ਹੈ ਉਹ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਵਿਭਾਗਾਂ ਅਕਾਲ ਜਾਂ ਡਿਸਟੈਂਸ ਐਜੂਕੇਸ਼ਨ ਦੇ ਰੈਗੂਲਰ ਰੀਪੇਅਰ ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਡਾਊਨਲੋਡ ਕਰਨਾ ਉੱਤਰ ਸ਼ੀਟਾਂ ਸਕੈਨ ਕਰਕੇ ਈਮੇਲ ਰਾਹੀਂ ਭੇਜਣ ਲਈ 1.5 ਘੰਟਾ ਹੋਰ ਦਿੱਤਾ ਜਾਵੇਗਾ ਪ੍ਰਾਈਵੇਟ ਵਿਦਿਆਰਥੀਆਂ ਲਈ ਇਹ 1.5 ਘੰਟਾ ਪ੍ਰਸ਼ਨ ਪੱਤਰ ਡਾਊਨਲੋਡ ਕਰਨਾ ਅਤੇ ਉੱਤਰ ਕਾਪੀ ਲਿਫਾਫੇ ਵਿੱਚ ਬੰਦ ਕਰਕੇ ਰਜਿਸਟਰਡ ਪੋਸਟ ਜਾਂ ਸਪੀਡ ਪੋਸਟ ਕਰਨ ਲਈ ਹੋਵੇਗਾ ਇਸ ਤਰ੍ਹਾਂ ਸਾਰੀ ਪ੍ਰਕਿਰਿਆ ਲਈ ਕੁੱਲ 4 ਘੰਟੇ ਦਾ ਸਮਾਂ ਜੋ ਹੈ 40 ਮਿੰਟ ਦਾ ਵਾਧੂ ਸਮਾਂ ਜੋ ਹੈ ਉਹ ਦਿੱਤਾ ਜਾਵੇਗਾ। ਨੇਤਰਹੀਨ ਅੰਗਹੀਨ ਵਿਦਿਆਰਥੀ ਲਿਖਾਰੀ ਦਾ ਪ੍ਰਬੰਧ ਆਪ ਕਰੇਗਾ। ਕਿਸੇ ਵੀ ਕੋਰਸ ਵਿੱਚ ਜੇਕਰ ਕਿਸੇ ਪੇਪਰ ਦਾ ਸਮਾਂ 2 ਘੰਟੇ ਤੋਂ ਘੱਟ ਨਿਸ਼ਚਿਤ ਹੈ ਤਾਂ ਉਹ ਵਿਦਿਆਰਥੀ ਆਪਣਾ ਪੇਪਰ ਪਹਿਲਾਂ ਵਾਲੇ ਨਿਰਧਾਰਿਤ ਸਮੇਂ ਵਿੱਚ ਹੀ ਹੱਲ ਕਰਨਗੇ। ਅੱਗੇ ਆਪਾਂ ਗੱਲ ਕਰਦੇ ਹਾਂ 6ਵੇਂ ਪੁਆਇੰਟ ਦੀ। ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਵਿਭਾਗ ਕਾਲਜ ਆਪਣੇ ਆਪਣੇ ਪੱਧਰ ਤੇ ਪ੍ਰਸ਼ਨ ਪੱਤਰ ਭੇਜਣ ਲਈ ਉੱਤਰ ਸ਼ਿੱਟਾ ਮੰਗਵਾਉਣ ਲਈ ਮੌਕ ਐਕਸਰਸਾਈਜ਼ ਵੀ ਕਰ ਸਕਦੇ ਹਨ। ਵਿਦਿਆਰਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸੇ ਤਰ੍ਹਾਂ ਮੌਕ ਐਕਸਰਸਾਈਜ਼ ਵਿੱਚ ਜ਼ਰੂਰ ਹਿੱਸਾ ਲੈਣ ਤਾਂ ਜੋ ਅ ਅਗੇ 8ਵਾਂ ਪੁਆਇੰਟ ਜੋ ਹੈ ਦੋਸਤੋ ਹਰੇਕ ਵਿਦਿਆਰਥੀ ਨੂੰ ਪ੍ਰਸ਼ਨ ਪੱਤਰ ਹੱਲ ਕਰਨ ਲਈ A4 ਸਾਈਜ਼ ਦੀਆਂ ਸ਼ੀਟਾਂ ਜੋ ਹੈ ਉਹ ਦਿੱਤੀਆਂ ਉਹ ਦੋਸਤੋ 8ਵੇਂ ਪੁਆਇੰਟ ਦੇ ਵਿੱਚ ਲਿਖਿਆ ਹੈ ਹਰੇਕ ਵਿਦਿਆਰਥੀ ਨੇ ਪ੍ਰਸ਼ਨ ਪੱਤਰ ਹੱਲ ਕਰਨ ਲਈ A4 ਸਾਈਜ਼ ਦੀ ਸ਼ੀਟ ਦੇ ਵੱਧ ਤੋਂ ਵੱਧ 16 ਸ਼ੀਟਾਂ ਦੀ ਵਰਤੋਂ ਕਰਨੀ ਹੈ ਉਮੀਦਵਾਰ ਹਰ ਪੰਨੇ ਦੇ ਇੱਕ ਪਾਸੇ ਹੀ ਲਿਖੇਗਾ ਅਤੇ ਨੱਥੀ ਨਮੂਨਾ ਉੱਤਰ ਸ਼ੀਟ ਦੇ ਅਨੁਸਾਰ ਕਲਾਸ, ਰੋ ਨੰਬਰ, ਵਿਸ਼ਾ, ਮੀਡੀਅਮ ਵਰਤੇ ਗਏ ਕੁੱਲ ਪੰਨੇ, ਮਿਤੀ ਬਾਰੇ ਲਿਖੇਗਾ ਅਤੇ ਆਪਣੇ ਦਸਤਖਤ ਕਰੇਗਾ। ਵਿਦਿਆਰਥੀ ਵੱਲੋਂ ਪੇਪਰ ਹੱਲ ਕਰਨ ਲਈ ਸਿਰਫ ਨੀਲੇ ਬਾਲ ਪੈਨ ਦਾ ਹੀ ਪ੍ਰਯੋਗ ਕਰਨਾ ਹੈ। ਵਿਦਿਆਰਥੀ ਸ਼ੀਟ ਦੇ ਪਹਿਲੇ ਪੰਨੇ ਤੇ ਵਰਤੋਂ ਲਈ ਕੁੱਲ ਲਿਆਂਦੇ ਗਏ ਪੰਨੇ ਦਰਸਾਏਗਾ। ਵਿਦਿਆਰਥੀ ਵੱਲੋਂ ਹੱਲ ਕੀਤੇ ਆਖਰੀ ਉੱਤਰ ਸ਼ੀਟ ਦੇ ਤਸਦੀਕ ਕੀਤਾ ਜਾਵੇ ਕਿ ਇਹ ਪੇਪਰ ਮੇਰਾ ਖੁਦ ਦਾ ਹੱਥ ਲਿਖਤ ਹੈ। ਵਿਦਿਆਰਥੀ ਹਰੇਕ ਪੰਨੇ ਦੇ ਕੰਮ ਅਨੁਸਾਰ ਪੰਨਾ ਨੰਬਰ ਲਿਖੇਗਾ। ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਨਮੂਨਾ ਸ਼ੀਟ ਦੇ ਮੁਤਾਬਿਕ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਉੱਤਰ ਪੰਨੇ ਦਿੱਤੇ ਗਏ ਫਾਰਮੈਟ ਦੇ ਅਨੁਸਾਰ ਤਿਆਰ ਕਰਕੇ ਰੱਖ ਲੈਣਾ ਜੋ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਕਿ ਫਾਰਮੈਟ ਜੋ ਕਿਸ ਤਰ੍ਹਾਂ ਦਾ ਹੈ ਦੋਸਤੋ ਇਸ ਤਰ੍ਹਾਂ ਦਾ ਫਾਰਮੈਟ ਜੋ ਹੈ ਤੁਸੀਂ ਤਿਆਰ ਕਰਨਾ ਹੈ ਜਿਸ ਦੇ ਵਿੱਚ ਤੁਹਾਡਾ ਕਲਾਸ ਕਿਹੜੀ ਕਲਾਸ ਹੈ ਰੋਲ ਨੰਬਰ ਇੱਥੇ ਭਰਿਆ ਜਾਣਾ ਹੈ ਜੋ ਕਿ ਸ਼ਬਦਾਂ ਵਿੱਚ ਬਾਅਦ ਵਿੱਚ ਅੰਕਾਂ ਵਿੱਚ ਭਰਿਆ ਜਾਣਾ ਹੈ ਅੱਗੇ ਵਿਸ਼ਾ ਤੁਹਾਡਾ ਕਾਕਿਸਤੀ ਦਾ ਪੇਪਰ ਹੈ ਇੱਥੇ ਵੀ ਪੇਪਰ ਜੋ ਹੈ ਤੁਹਾਡਾ ਮੀਡੀਅਮ ਕਿਹੜਾ ਹੈ ਕਿੰਨੀ ਤਰੀਕ ਨੂੰ ਤੁਸੀਂ ਪੇਪਰ ਕਰ ਰਹੇ ਹੋ ਕੁੱਲ ਕਿੰਨੇ ਪੰਨੇ ਤੁਸੀਂ ਯੂਜ਼ ਕੀਤੇ ਹਨ ਅਤੇ ਇੱਥੇ ਵਿਦਿਆਰਥੀ ਦੇ ਦਸਤਖਤ ਕਰਨੇ ਹਨ ਅੱਗੇ ਆਪਾਂ ਦਵਾਰ ਤੋਂ ਉੱਪਰ ਲੈ ਚੱਲਦੇ ਹਾਂ ਤੁਹਾਨੂੰ ਇਹ ਨੋਮੇ ਪੰਨੇ ਦੇ ਵਿੱਚ ਲਿਖਿਆ ਹੈ ਹਰੇਕ ਵਿਦਿਆਰਥੀ ਵੱਲੋਂ ਪ੍ਰਸ਼ਨ ਪੱਤਰ ਦੇ ਕੁੱਲ ਪ੍ਰਸ਼ਨਾਂ ਦਾ 50% ਪੇਪਰ ਹੱਲ ਕਰਨਾ ਹੋਵੇਗਾ ਜੇਕਰ ਕੁੱਲ ਪ੍ਰਸ਼ਨਾਂ ਦਾ ਅੱਧਾ ਦਸ਼ਮਲਵ 0.5 ਵਿੱਚ ਆਉਂਦਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਵੇ ਉਦਾਹਰਨ ਦੇ ਤੌਰ ਤੇ ਜੇਕਰ ਪ੍ਰਸ਼ਨ ਪੱਤਰ ਵਿੱਚ ਕੁੱਲ ਪ੍ਰਸ਼ਨ 9 ਜਾਂ 7 ਹਨ ਤਾਂ ਤੁਸੀਂ ਉਹਨਾਂ ਵਿੱਚੋਂ 4 ਅਤੇ 3 ਪ੍ਰਸ਼ਨ ਹੀ ਜੋ ਹੈ ਉਹ ਕਰਨੇ ਹਨ ਸਾਰੇ ਪ੍ਰਸ਼ਨਾਂ ਦੇ ਨੰਬਰ ਇੱਕੋ ਜਿਹੇ ਹੋਣਗੇ ਪ੍ਰਸ਼ਨ ਪੱਤਰ ਦੇ ਸੈਕਸ਼ਨ ਸੰਬੰਧੀ ਹਦਾਇਤਾਂ ਜੇਕਰ ਕੋਈ ਹੋਵੇ ਨਜ਼ਰ ਅੰਦਾਜ਼ ਕਰ ਦਿੱਤੀਆਂ ਜਾਣ ਪ੍ਰਸ਼ਨ ਪੱਤਰ ਉੱਪਰ ਦਰਸਾਏ ਕੁੱਲ ਅੰਕ ਹੀ ਉਹੀ ਰਹਿਣਗੇ ਕਿਉਂਕਿ 10ਵੇਂ ਨੰਬਰ ਦੀ ਜੇ ਆਪਾਂ ਗੱਲ ਕਰੀਏ ਪੀਪਲ ਹੱਲ ਕਰਨ ਤੋਂ ਬਾਅਦ ਵਿਭਾਗ ਕਾਲਜ ਡਿਸਟੈਂਸ ਐਜੂਕੇਸ਼ਨ ਦੇ ਰੈਗੂਲਰ ਨੀਪਰ ਕਪੈਸਿਟੀ ਅਧੀਨ ਪ੍ਰੀਖਿਆਵਾਂ ਦੇ ਰਹੇ ਹਰੇਕ ਵਿਦਿਆਰਥੀ ਨੂੰ ਧਾਰਤ ਸਮੇਂ ਵਿੱਚ ਹਰ ਸ਼ੀਟ ਨੂੰ ਕ੍ਰਮ ਅਨੁਸਾਰ ਸਕੈਨ ਕਰਕੇ ਇੱਕ ਪੀਡੀਐਫ ਫਾਈਲ ਜੋ ਹੈ ਉਹ ਬਣਾ ਕੇ ਇਸ ਫਾਈਲ ਨੂੰ ਵਿਭਾਗ ਕਾਲਜ ਵੱਲੋਂ ਦਿੱਤੀ ਈਮੇਲ ਰਾਹੀਂ ਫਾਈਲ ਅਟੈਚ ਕਰਕੇ ਭੇਜੇਗਾ ਜੇਕਰ ਵਿਦਿਆਰਥੀ ਕੋਲ ਜੀ ਹੈ ਸਾਧਨ ਮੌਜੂਦ ਨਹੀਂ ਹਨ ਕਿ ਉਹ ਉੱਤਰ ਸ਼ੀਟਾਂ ਨੂੰ ਸਕੈਨ ਕਰਕੇ ਪੀਡੀਐਫ ਬਣਾ ਕੇ ਫਾਈਲ ਭੇਜ ਸਕੇ ਤਾਂ ਆਪਣੀ ਉੱਤਰ ਸ਼ੀਟਾਂ ਦੇ ਅਧਾਰ ਤੇ ਸਮੇਂ ਵਿੱਚ ਸਬੰਧਤ ਕਾਲਜ ਦੇ ਪ੍ਰਿੰਸੀਪਲ ਵਿਭਾਗ ਦੇ ਮੁਖੀ ਨੂੰ ਦਸਤੀ ਤੌਰ ਤੇ ਰਜਿਸਟਰਡ ਆਗਿਆ ਸਪੀਡ ਪੋਸਟ ਰਾਹੀਂ ਭੇਜੇਗਾ ਅੱਗੇ ਆਪਾਂ ਗੱਲ ਕਰਦੇ ਹਾਂ ਨੰਬਰ 11ਵੇਂ ਪੁਆਇੰਟ ਦੀ ਪ੍ਰਾਈਵੇਟ ਵਿਦਿਆਰਥੀ ਪੇਪਰ ਹੱਲ ਕਰਨ ਤੋਂ ਬਾਅਦ ਉਸੇ ਦਿਨ ਹੀ ਆਪਣੀ ਉੱਤਰ ਕਾਪੀ ਸਪੀਡ ਪੋਸਟ ਜਾਂ ਰਜਿਸਟਰਡ ਡਾਕ ਨਾਲ ਹੀ ਸਹਾਇਕ ਰਜਿਸਟਰਡ ਆ ਸੀਕਰੈਸੀ ਬ੍ਰਾਂਚ ਪ੍ਰੀਖਿਆ ਸ਼ਾਖਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਿੰਨ ਕੋਡ 147002 ਨੂੰ ਭੇਜਣਗੇ ਜੇਕਰ ਪ੍ਰੀਖਿਆ ਸ਼ਾਮ ਦੇ ਸੈਸ਼ਨ ਵਿੱਚ ਹੋ ਰਹੀ ਹੈ ਜੇ ਆ ਪ੍ਰੀਖਿਆ ਵਾਲੇ ਦਿਨ ਡਾਕਰ ਬੰਦ ਹੈ ਤਾਂ ਵਿਦਿਆਰਥੀ ਆਪਣੀ ਉੱਤਰ ਕਾਪੀ ਅਗਲੇ ਇੱਕ ਕਾਰਜਕਾਰੀ ਦਿਨ ਵਿੱਚ ਉਪਰੋਕਤ ਪਤੇ ਦੇ ਭੇਜ ਸਕਦੇ ਹਨ ਵਿਦਿਆਰਥੀ ਆਪਣੀ ਉੱਤਰ ਕਾਪੀ ਸੀਕਰੈਸੀ ਬ੍ਰਾਂਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਦਸਤੀਵੀਂ ਉਕਤ ਸਮੇਂ ਅਨੁਸਾਰ ਜਮ੍ਹਾਂ ਕਰਵਾ ਸਕਦੇ ਹਨ ਇਸ ਤੋਂ ਇਲਾਵਾ ਹੋਰ ਕਿਸੇ ਢੰਗ ਜਾ ਉਕਤ ਸਮੇਂ ਬਾਅਦ ਭੇਜੀ ਗਈ ਉੱਤਰ ਕਾਪੀਆਂ ਦਾ ਕੋਈ ਵੀ ਮੁਲਾਂਕਣ ਨਹੀਂ ਕਰਵਾਇਆ ਜਾਵੇਗਾ ਫਿਰ ਪ੍ਰਾਈਵੇਟ ਵਿਦਿਆਰਥੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਜਿਸ ਲਿਫਾਫੇ ਵਿੱਚ ਉਹ ਆਪਣੀ ਉੱਤਰ ਕਾਪੀ ਭੇਜਣਗੇ ਉਸ ਲਿਫਾਫੇ ਉੱਪਰ ਆਪਣੀ ਕਲਾਸ ਰੋਲ ਨੰਬਰ ਸਮੈਸਟਰ ਅਤੇ ਪੇਪਰ ਦਾ ਨਾਮ ਜੋ ਹੈ ਉਹ ਲਿਖਣਗੇ ਅੱਗੇ 12ਵਾਂ ਨੰਬਰ ਪ੍ਰੀਖਿਆਵਾਂ ਸੰਬੰਧੀ ਸਮੇਂ-ਸਮੇਂ ਜਾਰੀ ਗਾਈਡਲਾਈਨਸ ਲਈ ਵਿਦਿਆਰਥੀ ਆਪਣੇ ਵਿਭਾਗ ਕਾਲਜਾਂ ਦੇ ਸੰਪਰਕ ਵਿੱਚ ਰਹਿਣਗੇ ਅਤੇ ਯੂਨੀਵਰਸਿਟੀ ਵੈੱਬਸਾਈਟ ਨੂੰ ਸਮੇਂ-ਸਮੇਂ ਦੇਖਣਾ ਉਹਨਾਂ ਲਈ ਲਾਜ਼ਮੀ ਹੋਵੇਗਾ ਪ੍ਰਾਈਵੇਟ ਵਿਦਿਆਰਥੀ ਇਹਨਾਂ ਹਦਾਇਤਾਂ ਨੂੰ ਯੂਨੀਵਰਸਿਟੀ ਦੀ ਪ੍ਰੀਖਿਆ ਚਾਰਟ ਦੀ ਵੈੱਬਸਾਈਟ ਤੇ ਚੈੱਕ ਕਰਦੇ ਰਹਿਣ ਅੱਗੇ ਆਪਾਂ ਗੱਲ ਕਰਦੇ ਹਾਂ 13ਵੇਂ ਪੁਆਇੰਟ ਦੀ ਇਸ ਸੈਸ਼ਨ ਦੀਆਂ ਪ੍ਰੀਖਿਆਵਾਂ ਦੀਆਂ ਉੱਤਰ ਕਾਪੀਆਂ ਲਈ ਪੁਨਮੁਲਾਂਕਣ ਅਤੇ ਰੀ ਚੈਕਿੰਗ ਦੀ ਸਹੂਲਤ ਨਵੀਂ ਨਹੀਂ ਹੋਵੇਗੀ ਦੋਸਤੋ ਇਹਨਾਂ ਨੇ ਸਾਫ਼-ਸਾਫ਼ ਇਸ ਦੇ ਵਿੱਚ ਮੈਂਸ਼ਨ ਕਰ ਦਿੱਤਾ ਹੈ ਕਿ ਜੇਕਰ ਤੁਸੀਂ ਇਹਨਾਂ ਐਗਜ਼ਾਮ ਦੇ ਵਿੱਚ ਫੇਲ ਹੋ ਜਾਂਦੇ ਹੋ ਜਾਂ ਤੁਹਾਡੀ ਰੀਪੇਰ ਇਜੇਸ ਵਿਦਿਆਰਥੀ ਨੇ ਇਹਨਾਂ ਪ੍ਰੀਖਿਆਵਾਂ ਲਈ ਪ੍ਰੀਖਿਆਵਾਂ ਫੀਸ ਅਤੇ ਫਾਰਮ ਜਮ੍ਹਾਂ ਕਰਵਾਇਆ ਹੈ ਪਰੰਤੂ ਉਹ ਕਨਟੇਨਮੈਂਟ ਏਰੀਆ ਵਿੱਚ ਰਹੇ ਜਾਂ ਕਰੋਨਾ ਪੋਜ਼ਿਟਿਵ ਹੋਣ ਕਾਰਨ ਪ੍ਰੀਖਿਆ ਨਹੀਂ ਦੇ ਸਕਦਾ ਤਾਂ ਉਹ ਇਸ ਬਾਰੇ ਯੂਨੀਵਰਸਿਟੀ ਵਿਭਾਗ ਜਾਂ ਸੰਬੰਧਿਤ ਕਾਲਜ ਨੂੰ ਲਿਖਤੀ ਜਾਂ ਈਮੇਲ ਰਾਹੀਂ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਸੂਚਿਤ ਕਰਦਾ ਹੈ ਤਾਂ ਅਜਿਹੇ ਵਿਦਿਆਰਥੀ ਅਗਲੀਆਂ ਹੋਣ ਵਾਲੀਆਂ ਪ੍ਰੀਖਿਆਵਾਂ ਵਿੱਚ ਬੈਠ ਸਕਦੇ ਹਨ ਨੰਬਰ 15 ਉੱਤਰ ਸ਼ੀਟਾਂ ਦੀ ਨਮੂਨਾ ਕਾਪੀ ਨਾਲ ਨੱਥੀ ਹੈ ਜੋ ਕਿ ਮੈਂ ਨੇ ਤੁਹਾਨੂੰ ਪਹਿਲਾਂ ਹੀ ਦਿਖਾ ਦਿੱਤੀ ਹੈ ਅੱਗੇ 16 ਨੰਬਰ ਤੇ ਇਹਨਾਂ ਲਿਖਿਆ ਹੈ ਪ੍ਰੈਕਟੀਕਲ ਪ੍ਰੀਖਿਆਵਾਂ ਥਿਉ ਇਹ ਪ੍ਰੀਖਿਆਵਾਂ ਮਾ ਵਿਭਾਗਾਂ ਕਾਲਜਾਂ ਦੇ ਮੁਖੀ ਪ੍ਰਿੰਸੀਪਲਾਂ ਦੁਆਰਾ ਆਪਣੇ ਪੱਧਰ ਤੇ ਕਰਵਾਉਣਗੇ। ਅਗਲਾ 17ਵਾਂ ਪੁਆਇੰਟ ਜੋ ਹੈ ਪ੍ਰੀਖਿਆਵਾਂ ਸੰਬੰਧੀ ਵਿਦਿਆਰਥੀ ਆਪਣੇ ਵਿਭਾਗ ਕਾਲਜ ਪ੍ਰਿੰਸੀਪਲ ਦੇ ਸੰਪਰਕ ਵਿੱਚ ਰਹਿਣ ਅਤੇ ਪ੍ਰਾਈਵੇਟ ਵਿਦਿਆਰਥੀ ਯੂਨੀਵਰਸਿਟੀ ਵੈੱਬਸਾਈਟ ਸਮੇਂ-ਸਮੇਂ ਸਿਰ ਚੈੱਕ ਕਰਦੇ ਰਹਿਣ। ਦੋਸਤੋ ਇਹ ਸਹੀਆਂ ਜੋ ਪੰਜਾਬੀ ਯੂਨੀਵਰਸਿਟੀ ਦੀਆਂ ਹਦਾਇਤਾਂ ਸੀ ਅਸੀਂ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਇਹਨਾਂ ਦਾ ਲਿੰਕ ਜੋ ਹੈ ਉਹ ਪ੍ਰੋਵਾਈਡ ਕਰਵਾ ਦੇਵਾਂਗੇ ਤਾਂ ਕਿ ਤੁਸੀਂ ਇਹਨਾਂ ਇਨਸਟਰਕਸ਼ਨ ਨੂੰ ਧਿਆਨ ਨਾਲ ਪੜ੍ਹ ਕੇ ਆਪਣੀ ਐਗਜ਼ਾਮ ਜੁਨੇ ਉਹ ਸਹੀ ਤਰੀਕੇ ਨਾਲ ਕਰ ਸਕੋ। ਧੰ